फिलौर दे महला मिठा खूह विखे एक व्यक्ति वालों घर विच ही छत नाल फाहा लैके अपनी जीवन लीला समाप्त करन दा मामला सामने आया है। इस मौके मृतक दे चाचा जसवीर सिंह ने दस्सिया कि पिछले कई दिनों तो उसके भतीजे सोमनाथ बिट्टू का किसी गल नूं लैके घर विच झगड़ा हुंदा सी, जिस कारण उसकी पत्नी भी रुस के पेके घर चली गई सी। इस दौरान उसकी पत्नी ने फिलौर पुलिस नूं सोमनाथ बिट्टू के खिलाफ दरखास्त भी दित्ती सी, जिस तों दुखी होकर ही सोमनाथ ने फाहा लैके अपनी जीवन लीला समाप्त कर ली। ਮਾਇਆ ਵਾ ਘਰ ਚ ਮਾੜਾ ਮਾੜਾ ਝਗੜਾ ਸੀ, ਮੁੰਡਾ ਖਾਂਦਾ ਪੀਂਦਾ ਸੀ, ਦਾਰੂ ਦੂਰ ਪੀਂਦਾ ਸੀ, ਪੈਗ ਪੂਗ ਲਾਉਂਦਾ ਸੀ, ਠੀਕ ਹੈ ਨਾ ਜੀ। ਤੇ ਕੋਈ ਪਰੇਸ਼ਾਨੀ, ਬਹੁਤੀ ਕੰਮ ਚੰਗੀ ਬਹੁਤ ਸੀ, ਕੰਮ ਕਰਦੀ ਸੀ, ਕੋਈ ਇੱਦਾਂ ਗੱਲ ਨਹੀਂ ਸੀ ਜੀ। ਕੁੜੀ ਇਹਦੇ ਚੌਥੀ ਹੋਈ ਆ ਜੀ, ਜਦ ਦਾ ਹੀ ਇਹ ਪਰੇਸ਼ਾਨੀ ਜੇ ਚ ਰਹਿੰਦਾ ਮੈਂ ਮਰ ਜਾਊਂਗਾ, ਮੈਂ ਮਾਰ ਲੂੰਗਾ, ਆਹੀ ਗੱਲਾਂ ਬਾਤਾਂ ਕਰਦਾ ਜੀ। ਅੱਛਾ, ਕੋਈ ਗੱਲਬਾਤ ਨਹੀਂ ਭਾਈ। ਤੇ ਰਾਤੀ ਕੀਤੀ ਸੀ ਸਾਡੇ ਨੇ? ਹਲੇ ਸਵੇਰੇ ਕੀਤੀ ਸੀ, ਸਵੇਰੇ ਕੀਤੀ ਆ। ਤੇ ਪੁਲਿਸ ਆਈ ਸੀ ਮੌਕੇ ਤੇ? ਮੁਲਾਜ਼ਮ ਉਹ ਲੁਧਿਆਣੇ ਜਿਹੜੇ ਆਏ ਆ ਉਹਨੇ ਦੇਖਿਆ ਅੰਦਰ ਤਾਣ ਕੇ, ਜਿਹੜਾ ਇਹ ਸਹੀ ਆਇਆ ਸੀ ਉਹੀ, ਜਦ ਦੇਖਿਆ ਵੀ ਮੁੰਡਾ ਫੜਨ ਆਏ, ਚਲੋ ਜਿੱਦਾਂ ਮਰਜ਼ੀ ਸਮਝਾਉਣ ਆਏ ਸੀ, ਉਹਨੇ ਜਦ ਦੇਖਿਆ ਅੰਦਰ ਉਹ ਫਾਹਾ ਲਿਆ ਜੀ, ਉਹਨੂੰ ਦੇਖਣ ਆਏ ਸੀ। ਨਹੀਂ ਪੁਲਿਸ ਪਹਿਲਾਂ ਹੀ ਆ ਗਏ ਸੀ ਉੱਥੇ? ਪੁਲਿਸ ਹੀ ਪਹਿਲਾਂ? ਉਹ ਕਿਹਨੇ ਭੇਜੀ ਸੀ? ਉਹ ਕੁੜੀ ਵਾਲਿਆਂ ਨੇ ਭੇਜੀ ਹੋਈ ਸੀ, ਦਿਖਾ ਦਿੱਤੀ ਸੀ ਉਹਨੇ। ਓਕੇ, ਠੀਕ ਹੈ ਨਾ? ਠੀਕ ਆ। ਤੇ ਪੁਲਿਸ ਤਾਂ ਕਰ ਉਹ ਫਰੋਡ ਵੀ ਕੰਪਲੀਟ ਕਰ ਕੀਤੀ ਸੀ ਉਹਨੇ, ਕੱਲ ਲਾ ਲਓ ਵੀ ਸਹੀ ਦਾ ਫੋਨ ਆਉਂਦਾ ਸੀ, ਲਾ ਲਓ ਉਹ ਬੰਦੇ ਪਹਿਲੇ ਮੁਹੱਲੇ 'ਚ ਗਿਆ ਸੀ ਦੋ ਚਾਰ, ਤੇ ਮੁੰਡੇ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਇਹੀ, ਚਲੋ ਕਾਕਾ ਤੋਂ ਆਪਣੀ ਚੰਗੇ ਕੰਮ ਕਰ, ਮਾੜਾ ਮੋਟਾ ਬੱਚਿਆਂ ਨੂੰ ਰੋਟੀ ਪਾਣੀ ਦੇ, ਬਾਹੀ ਗੱਲਬਾਤ ਸੀ, ਕੋਈ ਮਾਂ ਪਿਓ ਦਾ ਕਿਸੇ ਕੋਈ ਇੱਕ ਦੂਜਾ ਰੌਲਾ ਨਹੀਂ ਸੀ ਇਹਦਾ। ਉਧਰ ਮੌਕੇ ਤੇ ASI ਧਰਮਿੰਦਰ ਸਿੰਘ ਨੇ ਦੱਸਿਆ ਕਿ ਸੋਮਨਾਥ ਖਿਲਾਫ਼ ਦਰਖਾਸਤ ਆਈ ਸੀ ਤੇ ਉਹ ਉਸਦੇ ਘਰ ਥਾਣੇ ਆਉਣ ਲਈ ਸਮਾਂ ਦੇਣ ਗਿਆ ਸੀ। ਪੁਲਿਸ ਅਧਿਕਾਰੀ ਮੁਤਾਬਕ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਛੱਤ ਨਾਲ ਸੋਮਨਾਥ ਦੀ ਲਾਸ਼ ਲਟਕ ਰਹੀ ਸੀ। ਉਹਨਾਂ ਕਿਹਾ ਕਿ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਸੋਮਨਾਥ ਨਾਮ ਦਾ ਵਿਅਕਤੀ ਆ ਤੇ ਆਪਣੇ ਮਿੱਠੇ ਖੂਹ ਦੇ ਲਾਗੇ ਦਾ ਘਰ ਸੀਗਾ ਜੀ। ਇਹਨਾਂ ਦਾ ਦੋਵਾਂ ਮੀਆਂ ਬੀਬੀ ਦਾ ਆਪਸ ਵਿੱਚ ਝਗੜਾ ਸੀ ਜੀ। ਇਹਦੀਆਂ ਚਾਰ ਗੁੱਡੀਆਂ ਸੀ, ਇਸਦੇ ਡਿਪਰੈਸ਼ਨ ਦੇ ਵਿੱਚ ਸੀਗਾ ਇਹ ਜੀ। ਉਹਦੀ ਘਰਵਾਲੀ ਦੀ ਦਰਖਾਸਤ ਆਈ ਸੀਗੀ ਮੈਨੂੰ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਵਾ ਜੀ, ਤੇ ਅੱਜ ਮੈਂ ਟਾਈਮ ਦੇਣ ਵਾਸਤੇ ਜਦੋਂ ਗਿਆ ਤੇ ਦਰਵਾਜ਼ੇ ਨੂੰ ਅੰਦਰੋਂ ਖਿੱਚਿਆ ਤੇ ਖੋਲਿਆ, ਉੱਪਰੋਂ ਇਹਨਾਂ ਦਾ ਕੋਈ ਗੁਆਂਢੀ ਸੀ ਉੱਪਰ ਚੜਾਇਆ ਤਾਂ ਉਹਨੇ ਮੈਨੂੰ ਆ ਕੇ ਦੱਸਿਆ ਵੀ ਤੋਰ ਉਹਨੇ ਫਾਹ ਲਿਆ ਹੋਇਆ। ਲਾਸ਼ ਲਾ ਕੇ ਅਸੀਂ ਸਿਵਲ ਹਸਪਤਾਲ ਭੇਜ ਦਿੱਤੀ ਆ, ਪੋਸਟਮਾਰਟਮ ਹੋ ਰਿਹਾ ਵਾ, ਜੋ ਵੀ ਕਾਰਵਾਈ ਹੋਈ ਬਾਅਦ ਚਮਚੀ ਲੈਂਦੀ ਹੋਊਗੀ।